ਬ੍ਰੇਕ ਤੋਂ ਬਾਅਦ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗਗਨਦੀਪ ਇੱਕ ਵਾਰ ਪ੍ਰੋਗਰਾਮ ਟੌਪ 8 8 ਤੇ ਫਿਰ ਸਵਾਗਤ ਕਰਦਾ ਸੋ ਦੋਸਤੋ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਿਹੜਾ ਅਨਟਾਰੀਓ ਗਵਰਨਮੈਂਟ ਵੱਲੋਂ ਭਾਰਤ ਦੀ ਸਹਾਇਤਾ ਦੇ ਲਈ ਜੋ ਉੱਥੇ ਕੋਵਿਡ ਦੀ ਸਿਚੁਏਸ਼ਨ ਹੈ 3000 ਵੈਂਟੀਲੇਟਰਸ ਭੇਜੇ ਗਏ ਨੇ ਸੋ 에어ਪੋਰਟ ਤੇ ਉਸ ਸੰਬੰਧੀ ਇੱਕ ਬਹੁਤ ਬਰੀਫ ਜਿਹਾ ਫੰਕਸ਼ਨ ਹੋਇਆ ਜਿਸ ਦੇ ਵਿੱਚ ਪ੍ਰੀਮੀਅਰ ਡਗਫੋਰਡ ਨਾਲ ਮਨਿਸਟਰ ਵਿਕਟਰ ਫੈਡੈਲੀ ਤੇ ਦੋ ਤਿੰਨ ਹੋਰ ਜਿਹੜੇ concern ਲੋਕ ਸ਼ਾਮਲ ਹੋਏ ਸੋ ਉਸ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਹਿਮਾਨ ਦੇ ਤੌਰ ਤੇ ਸੱਜ ਸਦਾ ਦਿੱਤਾ ਹੈ ਮੈਡਮ ਨੀਨਾ ਟਾਂਗਰੀ ਉਹਨਾਂ ਨੂੰ ਜਿਹੜੇ ਐਮਪੀਪੀ ਨੇ ਮਿਸਿਸ ਸਾਗਾ ਸਟ੍ਰੀਟਸ ਵੇਲ ਤੋਂ ਰਿਪਰੈਜ਼ੈਂਟ ਕਰਦੇ ਨੇ ਨਾਲ ਦੀ ਨਾਲ ਉਹ ਪਾਰਲੀਮੈਂਟਰੀ ਅਸਿਸਟੈਂਟ ਨੇ ਮਨਿਸਟਰ ਆਫ ਇਕਨੋਮਿਕ ਡਿਵੈਲਪਮੈਂਟ ਜੌਬ ਕ੍ਰੀਏਸ਼ਨ ਐਂਡ ਟ੍ਰੇਡ ਜਿਹੜੇ ਕਿ ਮਿਸਟਰ ਵਿਕਟਰ ਫਰਡੈਲੀ ਨੇ ਮਨਿਸਟਰ ਤੇ ਉਹਨਾਂ ਦੇ ਨਾਲ ਅਸਿਸਟੈਂਟ ਨੇ ਸੋ ਇਸ ਸਾਰੇ ਜੋ ਕਾਰਜ ਕੀਤਾ ਗਿਆ ਇਸ ਨਾਲ ਬਹੁਤ ਨੇੜੇ ਤੋਂ ਜੁੜੇ ਹੋਏ ਨੇ ਕਿਉਂਕਿ ਰੈਸਟ੍ਰਿਕਸ਼ਨ ਹੈ ਲੋਕਾਂ ਦੇ ਉੱਥੇ ਫੰਕਸ਼ਨ ਤੇ ਪਹੁੰਚਣ ਦੀ ਉੱਥੇ ਇਹ ਸ਼ਾਮਲਤਾ ਨਹੀਂ ਹੋਈ ਪਰ ਸਾਰੇ ਜੋ ਕੁਝ ਯਤਨ ਕੀਤੇ ਜਾ ਰਹੇ ਉਸ ਨੂੰ ਬਹੁਤ ਨੇੜੇ ਤੋਂ ਦੇਖਦੇ ਨੇ ਦੇਖ ਰਹੇ ਨੇ ਸੋ ਉਹਨਾਂ ਨਾਲ ਅੱਜ ਗੱਲ ਕਰਦੇ ਆ ਸਾਡੇ ਨਾਲ ਸਕਾਈਪ ਰਾਹੀਂ ਜੁੜੇ ਨੇ ਬਹੁਤ ਬਹੁਤ ਸਵਾਗਤ ਹੈ ਮੈਡਮ ਨੀਨਾ ਤੁਹਾਡਾ ਓਥੈਂਕਿਜੀ ਸਾਸ੍ਰਿਕਾ ਨਮਸਕਾਰ ਓ ਸਾਸ੍ਰਿਕਾ ਨਮਸਤੇ ਟੂ ਐਵਰੀਬਾਡੀ ਫਾਰ 올 ਦਾ ਪਰਵਾਸੀ ਵੀਅਰਸ ਥੈਂਕ ਯੂ ਥੈਂਕ ਯੂ ਸੋ ਇਸ ਵੇਲੇ ਮੈਡਮ ਭਾਰਤ ਦੀ ਹਾਲਾਤ ਆਪਾਂ ਸਾਰੇ ਦੇਖ ਹੀ ਰਹੇ ਆ ਬਹੁਤ ਖਰਾਬ ਆ ਅੱਜ ਵੀ 4 ਲੱਖ ਤੋਂ ਵੱਧ ਕੇਸ ਰਿਪੋਰਟ ਕੀਤੇ ਗਏ ਸੋ ਸਾਰੇ ਵਿਸ਼ਵ ਤੋਂ ਮਦਦ ਭੇਜੀ ਜਾ ਰਹੀ ਐ ਅੰਟਾਰੀਓ ਵੱਲੋਂ ਵੀ ਯਤਨ ਕੀਤਾ ਜਾ ਰਿਹਾ ਜਿਸ ਤਰ੍ਹਾਂ ਇਹ ਇਵੈਂਟ ਕੀਤਾ ਗਿਆ ਪਹਿਲਾਂ ਇਹਦੇ ਬਾਰੇ ਦੱਸੋ ਕਿਸ ਤਰ੍ਹਾਂ ਤੁਸੀਂ ਇਸ ਅੰਟਾਰੀਓ ਸਪਿਰਟ ਨਾ ਦਾ ਜੋ ਇਵੈਂਟ ਜਿਸ ਤਰ੍ਹਾਂ ਮੈਂ ਦੇਖਿਆ ਤੇ ਕਿਸ ਤਰ੍ਹਾਂ ਇਹ ਯਤਨ ਕੀਤੇ ਜਾ ਰਹੇ ਨੇ हां जी बहुत बहुत ਧੰਨਵਾਦ ਜੀ ਸ੍ਰੀ ਆਜ ਮੈਨੂੰ ਥੋੜੀ ਟਾਈਮ ਦਿੱਤੀ ਹੈ ਅਮ ਬਹੁਤ ਵੱਡਾ ਪ੍ਰੋਬਲਮ ਐਸ ਵੀ ਇੰਡੀਆ ਦੇ ਵਿੱਚ ਬਹੁਤ ਡਾਇ ਸਿਚੁਏਸ਼ਨ ਅਸੀਂ ਖੁਦ ਦੇਖ ਰਹੀ ਹੈ ਤੁਹਾਡੇ ਪ੍ਰਵਾਸੀ ਦੇ ਥਰੂ ਹਰ ਰੋਜ਼ ਹਸਪੀਟਲ ਦੀ ਕਾਫੀ ਪੂਰੇ ਹਾਲ ਹੋਈ ਹੈ ਪਿੰਡਾਂ ਚ ਸ਼ਹਿਰਾਂ ਚ ਸਾਰੇ ਜਗ੍ਹਾ ਦਿੱਲੀ ਕੋਈ ਜਗ੍ਹਾ ਮਤਲਬ ਠੀਕ ਨਹੀਂ ਹੈਗੇ ਸੋ ਕਨਸਲ ਜਨਰਲ ਜੋ ਹੈ ਕਿ ਐਂਡ ਹਾਈ ਕਮਿਸ਼ਨਰ ਫਰਮ ਇੰਡੀਆ they all reach out kitne se sakta ho waise community de vich kafi log paise ikkathe kar rahe hai ya ventilator bech rahe hai ya oxygen generator bech rahe hai um but we wanted to know what we could do jo se bol jaldi kar sakte hai ਸੋ ਜਿਸ ਸਾਥ ਸਾਰਿਆਂ ਨੂੰ ਯਾਦ ਹੈਗੇ ਪਿਛਲੇ ਸਾਲ ਜਦੋਂ ਕੋਵਿਡ ਸ਼ੁਰੂ ਹੋਈ ਸੀਗਾ ਸਾਨੂੰ ਕਾਫੀ ਡਰ ਸੀ ਕਿ ਸਾਨੂੰ ਵੈਂਟિલેਟਰ ਸ਼ੋਰਟੇਜ ਨਾ ਹੋਵੇ ਸਾਡਾ ਹਸਪੀਟਲ ਦੇ ਵਿੱਚ ਜਾਂ ਕਿਸੇ ਮੁਕਾਰ ਹੋਵੇ ਸੋ ਉਸੇ ਵੇਲੇ ਅਸੀਂ ਪ੍ਰੋਕਿਊਰ ਕੀਤਾ ਅਸੀਂ ਕੰਪਨੀਆਂ ਨੂੰ ਕਿਹਾ ਤੁਸੀਂ ਪਲੀਜ਼ ਸਾਡੇ ਲਈ ਬਿਲਡ ਕਰੋ ਵੈਂਟિલેਟਰਸ ਤੇ ਐਸੇ ਲਈ ਸਾਡਾ ਮਤਲਬ ਵੇਅਰਹਾਊਸ ਦੇ ਵਿੱਚ ਸਾਡੇ ਕੋਲ 7000 ਵੈਂਟિલેਟਰਸ ਸਪੈਸ ਹੈ ਜਿਹਦੇ ਵਿੱਚ ਅਸੀਂ 3000 ਇੰਡੀਆ ਪੇਜ ਦੇ ਕਿਉਂਕਿ Uh, they are not being used right now. they share use honge. So why not make use of those and send them to India? right So SaTA Premier, the council general, all of the caucus members, can say we all said right away, Please yes send them. So we sent we sent them off. They've gone. Uh, hopefully uh, they may have arrived now in India. Uh, so we're hoping we can get them to the hospitals very very quick. So you know this is not taking away from anything in Ontario. Uh, this okay, just warehouses the basic is. So um, I think Sarah community everyone I spoke to across Ontario, chahi India and navy India. they all agreed that this was the right step to take ਬਿਲਕੁਲ ਤੁਸੀਂ ਬੜਾ ਜਾਇਜ਼ ਪੁਆਇੰਟ ਕਿ ਕਈ ਵਾਰੀ ਕਈਆਂ ਦੇ ਦਿਮਾਗ ਦੇ ਵਿੱਚ ਇਹ ਆ ਸਕਦਾ ਕਿ ਇੱਥੇ ਵੀ ਜ਼ਰੂਰਤ ਪੈ ਸਕਦੀ ਵੈਂਟੀਲੇਟਰ ਦੀ ਤੁਸੀਂ ਦੱਸਿਆ ਕਿ ਸਰਪਲਸ ਸੀਗੇ ਵੇਅਰਹਾ우스 ਦੇ ਵਿੱਚ ਤੇ ਤੁਸੀਂ emergancy situation ਲਈ ਇਹਨਾਂ ਨੂੰ ਬਣਾ ਕੇ ਰੱਖਿਆ ਸੀ ਇਹ ਇੱਕ ਬੜੀ ਵਧੀਆ ਗੱਲ ਹੈ ਕਿ ਕੈਨੇਡੀਅਨ ਮੇਡ ਨੇ ਇਥੋਂ ਦੀਆਂ ਕੰਪਨੀਆਂਜ਼ ਨੇ ਬਣਾਏ ਨੇ ਜਿਸ ਤਰ੍ਹਾਂ ਬ੍ਰੈਮਟਨ ਬੇਸਡ ਕੰਪਨੀ ਹੀ ਇਸ ਨੂੰ ਬਣਾ ਰਹੀ ਇਹਦੇ ਬਾਰੇ ਕੁਝ ਦੱਸੋ ਕਿਉਂਕਿ ਤੁਸੀਂ ਇਸ ਮਿਨਿਸਟਰੀ ਨਾਲ ਜੁੜੇ ਹੋ ਐਕਨੋਮਿਕ ਡਿਵੈਲਪਮੈਂਟ ਤੇ ਜੋਬ ਕ੍ਰੀਏਸ਼ਨ ਕੇ ਅਗਾਹ ਵੀ ਇਸ ਤਰ੍ਹਾਂ ਹੋਰ ਕੰਪਨੀਆਂਜ਼ ਵੀ ਅੱਗੇ ਆ ਰਹੀਆਂ ਨੇ ਤਾਂ ਕਿ ਮੈਡੀਕਲ ਸਪਲਾਈਜ਼ ਦੀ ਕਮੀ ਇੱਥੇ ਨਾ ਰਹੇ ਤੇ ਹੋਰ ਜੋਬ ਕ੍ਰੀਏਸ਼ਨ ਹੋਵੇ ਇਸ ਫੀਲਡ ਦੇ ਵਿੱਚ ਅਹਾਂ ਜੀ ਇਹ ਬਹੁਤ ਅੱਛੀ ਗੱਲ ਹੈ ਜੋ ਕੰਪਨੀ O2 ਐ ਬ੍ਰੈਂਪਟਨ ਦੇ ਵਿੱਚ ਐ ਉਹਨੇ ਉਸੇ ਵੇਲੇ ਸਟੈਪ ਅਪ ਕਰਤੇ ਜਦੋਂ ਅਸੀਂ ਪਲੀਅਰ ਕੀਤੇ ਹਰਫ ਨਾਲ ਤੇ ਜੇ ਤੁਸੀਂ ਆਪਣੇ ਰੀਟੂਲਿੰਗ ਕਰ ਸਕਦੇ ਵੈਂਟਿਲੇਟਰ ਬਣਾ ਸਕਦੇ ਅਮ ਪਲੀਜ਼ ਯੂ نو ਗੈਟ ਇਨ ਟੱਚ ਵਿਦ ਅਸ ਇਸੇਕੇ ਨੂੰ ਕਾਫੀ ਫੰਡਿੰਗ ਵਿਦ ਇਤੀ ਹੋਈ ਐ ਅ ਜਸਟ ਟੂ ਗੈਟ them ਸਟਾਰਟਡ ਐਂਡ ਗੈਟ them ਬਿਲਡਿੰਗ ਅਮ ਇੱਕ ਕੰਪਨੀ ਇੱਥੇ ਹੈਗੇ ਮੈਟਰੋਨਿਕ ਕਾਫੀ ਮਤਲਬ ਗਲੋਬਲ ਕੰਪਨੀ ਐ ਉਹ ਉਸੇ ਵੇਲੇ ਜਦੋਂ ਕੋਵਿਡ ਸ਼ੁਰੂ ਹੋਇਆ ਉਹਦੇ ਨਾਲ ਵੀ ਗੱਲ ਕੀਤੀ ਸੀਗੇ So they, together, they took their intellectual property and they gave it to companies and said, Ale, is, bandhiye, sata So this was very great for that company to do that. I'm really excited that they did. And many companies then started making ventilators, and which is why which is, uh, you know, it's a good situation to be in. Uh, because look, today, we know the need is there in India. ਹੋਰ ਵੀ ਕਿਤੇ ਜ਼ਰੂਰਤ ਪੈ ਜੂਵੇ ਸੋ ਵੀ ਹੈਵ them ਰੈਡੀ ਟੂ ਸੈਂਡ অর ਟੂ ਯੂਜ਼ ਇਫ ਵੀ ਨੀਡ them ਹੇਅਰ ਇਨ 온ਟਾਰੀਓ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਪ੍ਰਿਪੇਅਰਡਨੈਸ ਜਿਸ ਜਦੋਂ ਕੋਵਿਡ ਸ਼ੁਰੂ ਹੋਇਆ ਉਦੋਂ ਲੱਗਿਆ ਕਿ ਪ੍ਰਿਪੇਅਰਡਨੈਸ ਚਾਹੀਦੀ ਆ ਇਨਾ ਇਸ ਤਰ੍ਹਾਂ ਦੀ ਕੋਈ ਵੀ ਸਿਚੁਏਸ਼ਨ ਬਣ ਸਕਦੀ ਹੈ ਜਿਸ ਤਰ੍ਹਾਂ ਇਹ ਬਣੀ ਸੀ ਤੇ ਹੁਣ ਅਗਾਹ ਵੀ ਤੁਸੀਂ ਦੱਸਿਆ ਕਿ ਇਸ ਲਈ ਯਤਨ ਕੀਤੇ ਜਾ ਰਹੇ ਨੇ ਸੋ ਇਸ ਦੇ ਨਾਲ ਜੌਬ ਕ੍ਰੀਏਸ਼ਨ ਤਾਂ ਹੋਵੇਗੀ ਹੋਵੇਗੀ ਪਰ ਫਿਰ ਆਪਾਂ ਭਾਰਤ ਵੱਲ ਗੱਲ ਕਰਦੇ ਹਾਲਾਤ ਇਸ ਤਰ੍ਹਾਂ ਜੋ ਬਣੇ ਹੋਏ ਨੇ ਤੁਸੀਂ ਵੀ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਨ੍ਹਾਂ ਦੇ ਕੋਈ ਲਾਊਡ ਬੰਡ ਇੰਡੀਆ ਦੇ ਵਿੱਚ ਹੋਣਗੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਾਂ ਕੋਈ ਤੁਹਾਡੇ ਤੱਕ ਅਪਰੋਚ ਕਰਦਾ ਹੋਵੇ ਜੇ ਜੋ ਵੀ ਅਸੀਂ ਦੇਖਦੀਆਂ ਜਾਂ ਕੀ ਹੋ ਰਿਹਾ ਵੈਸੇ ਸਾਡੇ ਸਾਰੇ ਦੇ ਰਿਸ਼ਤੇਦਾਰ ਵੀ ਉੱਥੇ ਕਈ ਹੈਗੇ ਉਹਨਾਂ ਦੇ ਥਰੂ ਵੀ ਅਸੀਂ ਸੁਣਦੇ ਆ ਕਿਸਕੇ ਨਾਲ ਕੋ ਪੈਰ ਹੈਗਾ ਆਈ ਥਿੰਕ एवरीवन नोज़ ਸੰਬਡੀ ਹੂ ਹੈਸ ਪਾਸਟ ਅਵੇ ਸੋ ਵੀ ਆਲ ਨੋ ਪੀਪਲ ਹੂ ਹੈਵ ਹੈਡ ਕੋਵਿਡ ਇਨ ਇੰਡੀਆ অর ਹੇਰ And uh, the situation is extremely bad. I see Sunria, Kbande Mutlab, ambulance, hospital jari, but under oxygen honey or oxygen ball like yare, if they have any. And Kbande Ute Sarte, Ute Datoria, and that it, it's inhumane. And so I think, as global perspective, as a global citizen, her uh, countries, Nimatlab step up. I'm really excited because so many companies, so many countries have really stepped up and sent supplies. We we have We said, if you need gowns, we send gowns. Whatever we have, we can send. But um, not necessary, because it's in India to So uh, whatever we could do, uh, and we had these available, and this is something hopefully that will save people's lives. Um, but right now, and I, I wanted to talk a little bit uh, also, because Parvasi is taking a great step in raising funds uh, so that we can get oxy generators uh, yeah. out across India as well. Okay, Horvi organizations are doing a great job. saitam Hovey Viraj Association, uh, Khalsa Aid, I, I know, of, uh, working very hard. Many organizations, even my husband has been working with uh, procuring some oxy. Generators from some various companies and getting them to Punjab, uh, and they can share them as well. So, we're working on that too. So, it's very good to see that everybody in the community is helping, whether it's sending money, uh, getting the oxygen generators. And in India, of course, they need to jet, to produce the oxygen to make sure that they have the supply. so i think it's uh, it's good and we're, i'm very hopeful that the situation in india will get better soon um but you know ardas kar sakte hai sikar sakte hai bhai guru nu mehend kar sakte hai uh, rab nu keh sakte please you know make the situation better faster because you know it is very sad to see what is happening right now bilkul bilkul te e ontario government valo vi bahut vadiya yatna hai jehda te gaon vi tano lagda future de vich vi jo kujh jis tarah ਪ੍ਰੀਮियर ਫੋਰਡ ਨੇ ਵੀ ਕਿਹਾ ਕਿ ਹੋਰ ਵੀ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲੈ ਜਾਣਗੇ ਤਾਂ ਇਸ ਤਰ੍ਹਾਂ ਦੀ ਪਲੈਨਿੰਗਸ ਹੈ ਹੋਰ ਅੱਗੇ ਵੀ ਹੋ ਸਕਦੇ ਨੇ ਕਿ ਕੁਝ ਸਪਲਾਈ ਜਿਹੜੀਆਂ ਉੱਥੇ ਚਾਹੀਦੀ ਯਾ ਐਸ ਸੀ ਜਿਸ ਤਰ੍ਹਾਂ ਗੱਲ ਕਰਦੀ ਰਹਿੰਦੀ ਹੈ ਐਂਡ ਵੀ ਆਰ ਇਨ ਟੱਚ ਵਿਦ ਇੰਡੀਆ 올 ਦਾ ਟਾਈਮ ਤੇ ਕਿਉਂਕਿ ਜਿਸ ਕੋ ਹੋਰ ਵੀ ਚੀਜ਼ ਰੂਰਥ ਹੈ ਕਿ ਜਿਸ ਦਾ ਸਾਨੂੰ ਸ਼ਾਇਦ ਪਤਾ ਇੰਡੀਅਨ ਗਵਰਨਮੈਂਟ ਨੇ ਵੀ ਸੌਰੀ ਕੈਨੇਡੀਅਨ ਗਵਰਨਮੈਂਟ ਨੇ ਵੀ ਭੇਜੇ ਦੇ ਸੈਂਟ ਆਈ ਥਿੰਕ ਓਨਲੀ ਫਿਊ ਵੈਂਟਿਲੇਟਰਸ ਬਟ ਦੇ ਸੈਂਟ ਆ ਵਾਇਲਸ ਆਫ ਰੈਂਡੇਸਿਵੀਰ Uh, uh, it, it helps uh, if you have covid uh, that you won't get too sick and may not need a ventilator in hospital so maybe you can stay at home and get well so that's a, a medication that is used for those who are quite sick but maybe don't need to be in hospital so all life uh, saving vihagi a game changer so uh, we're hoping that that helps a lot of people so they can stay home and not be in a hospital as well as hospital to jagani there's no oxygen there's no beds there's no supplies your uh, doctors nurses staff it's very hard on them they're working round the clock to try and save as many people's lives as possible i the variant i know especially this uh, double mutated variant it is very, very dangerous, and it's uh, mostly in India. It has come to Canada. As we know, we have cases here. Mm -hmm. um, federal government please um, borders Only let those people come and go. Absolutely essential And uh, so that is like truckers who are bringing our great supplies here uh, back and forth to us in the US. Um, all essential. But uh, right now, I think anyone who's doing any kind of leisure travel or just coming and going, we really do need to close our borders uh, just for a short while, uh, just to make sure no more comes in. Community spread ke, all thoreji, now, people are getting vaccinated. Cut. Maybe we can cut that uh, community spread as well. the case The stay at home orders ਲੋਕ ਜੇਕਰ ਪਾਲਣ ਕਰ ਰਹੇ ਨੇ ਤੇ ਉਹਦੇ ਨਾਲ ਅਸਰ ਵੀ ਦੇਖਣ ਨੂੰ ਮਿਲ ਰਿਹਾ ਵੈਕਸੀਨੇਸ਼ਨ ਵੀ ਤੇਜ਼ ਹੋ ਰਹੀ ਹੈ ਅਨਟਾਰੀਓ ਦੇ ਵਿੱਚ ਤੇ ਉਹਦੇ ਨਾਲ ਆਉਣ ਵਾਲੇ ਦਿਨਾਂ 'ਚ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਨੂੰ ਚੰਗੇ ਦਿਨ ਦੇਖਣ ਨੂੰ ਮਿਲਣਗੇ ਫਿਰ ਲੋਕ ਇੱਕ ਦੂਜੇ ਨਾਲ ਮਿਲ ਸਕਣਗੇ ਪਰ ਹਜੇ ਬਹੁਤ ਜ਼ਰੂਰਤ ਹੈ ਸੋ ਜੰਦ-ਜੰਦ ਤੁਸੀਂ ਕੋਈ ਗੱਲ ਨਾਲ ਜੋੜਨਾ ਚਾਹੁੰਦੇ ਹੋਵੋ ਤੇ ਤੁਸੀਂ ਅੱਜ ਸਾਡੇ ਨਾਲ ਜੁੜੇ ਇਸ ਦੇ ਲਈ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ नहीं थैंक यू तोटे बहुत ज्यादा क्योंकि अह तोटे करके मीडिया करके मतलब साटा जो इंफॉर्मेशन वो बाहर जा रही है लोग कि सुन सकते हैं अह पहनती है कि प्लीज तो सी बाहर ना जाइए सिर्फ एसेंशियल वास्ते या ग्रोसरीज करने या काम पे जाना उस तो अलावा बाहर ना जाइए अपने आई नो आई कांट वेट टू मी विद माय फैमिली एंड फ्रेंड्स एज वेल सो एस करके प्लीज स्टे होम इट्स होपफुली जस्ट अ फ्यू मोर वीक्स नाउ एंड अह Ferris barbijas the outdoor activities, the Shirukar Sag the Holly Holly Apa Sag de Vyashadia Fair Shiruyana. Uh and and I'm really excited to, and I'm a meat puri that we will get through this and we'll get through it very soon. Um Persab, we all have to I have to do my part, we all have to do our part uh into doing that. Persab ditanwatika coffee, janitusi, pilkuli, um ਜੋ ਆਪਣੇ ਰੂਲਸ ਕਹਿ ਸਕਦੇ ਗਾਈਡਲਾਈਨਸ ਜੋ ਕਹਿ ਸਕਦੇ ਯੂਪੀਮ ਫੋਲੋਇੰਗ ਥੈਮ ਸੋ ਵੀ ਰੀਲੀ ਅਪਰੀਸ਼ੀਏਟ ਥੈਟ ਔਨ ਬਿਹੈਫ ਆਫ ਆਰ ਹੋਲ ਗਵਰਨਮੈਂਟ ਐਂਡ ਆਰ ਕੌਕਸ ਐਂਡ ਆਰ ਪ੍ਰੀਮੀਅਰ ਥੈਂਕ ਯੂ ਵੈਰੀ ਮਚ ਟੂ ਆਲ ਆਫ ਯੂ ਥੈਂਕ ਯੂ ਮੈਮ ਨੀਨਾ ਤਾਂਗੜੀ ਟੂ ਜੁਆਇਨਿੰਗ ਅਸ ਤੇ ਆਪਣਾ ਤੁਸੀਂ ਜਿਹੜਾ ਟਾਈਮ ਸ਼ੇਅਰ ਕੀਤਾ ਤੇ ਨਾਲ ਤੁਸੀਂ ਅਪਡੇਟ ਦਿੱਤੀ ਜਿਹੜਾ ਹੈ ਤੁਸੀਂ ਇਨੀਸ਼ੀਏਟਿਵ ਲਿਆ ਅਨਟਾਰੀਓ ਗਵਰਨਮੈਂਟ ਵੱਲੋਂ ਇੱਕ ਵਾਰ ਪ੍ਰਵਾਸੀ ਮੀਡੀਆ ਗਰੁੱਪ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਮੈਡਮ ਨੀਨਾ ਤਾਗੜੇ ਐਮਪੀਪੀ ਨੇ ਜਿਹੜੇ ਮਿਸਿਸ ਅਗਾ ਸਟ੍ਰੀਟਸਵੈਲ ਤੋਂ ਉਹ ਸਾਡੇ ਨਾਲ ਜੁੜੇ ਤੇ ਜੋ ਭਾਰਤ ਦੇ ਲਈ ਇਨੀਸ਼ੀਏਟਿਵ ਲਿਆ ਗਿਆ ਉਹਦੇ ਬਾਰੇ ਗੱਲ ਕੀਤੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਖਬਰਾਂ ਦੇ ਬਾਰੇ ਵੀ ਆਪਾਂ ਗੱਲ ਕੀਤੀ ਤੇ ਇੱਕ ਵਾਰ ਫੇਰ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਹਦਾਇਤ ਹੈ ਤੁਹਾਡੇ ਸਾਹਮਣੇ ਬੇਨਤੀ ਹੈ ਕਿ ਆਪਣਾ ਸੇਫ ਰਹੋ ਘਰਾਂ ਦੇ ਵਿੱਚ ਰਹੋ ਕੱਲ ਨੂੰ ਮਦਰਸ ਡੇ ਹੈ ਮਦਰਸ ਡੇ ਤੇ ਵੀ ਆਪਣੀਆਂ ਜੋ ਮਦਰ ਹੈ ਆਪਣੀ ਮਾਂ ਹੈ ਉਹਨਾਂ ਨੂੰ ਉਹਨਾਂ ਦੇ ਲਈ ਆਪਾਂ ਇੱਕ ਤਰ੍ਹਾਂ ਨਤਮਸਤਕ ਹੁੰਦੇ ਆ ਉਹਨਾਂ ਮਾਮਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹਰੇਕ ਦੀ ਜ਼ਿੰਦਗੀ ਦੇ ਵਿੱਚ ਤੋਂ ਮਨਾਓ ਪਰ ਆਪਣੇ ਘਰਾਂ ਦੇ ਵਿੱਚ ਰਹਿ ਕੇ ਜੇਕਰ ਤੁਹਾਡੀ ਮਾਂ ਤੁਹਾਡੇ ਤੋਂ ਦੂਰ ਆ ਉਹਦੇ ਨਾਲ ਕਾਲ ਕਰੋ ਕਿਸੇ ਤਰ੍ਹਾਂ ਵੀ ਤੁਸੀਂ ਉਹਨਾਂ ਨੂੰ ਉਹਨਾਂ ਦਾ ਆਸ਼ੀਰਵਾਦ ਲਓ ਕਿਉਂਕਿ ਮਾਂ ਦਾ ਦਿਨ ਤਾਂ ਹਰੇਕ ਹੈ ਪਰ ਇੱਕ ਜੇਕਰ ਇੱਕ ਦਿਨ ਰੱਖਿਆ ਗਿਆ ਤਾਂ ਉਸ ਦਿਨ ਜ਼ਰੂਰ ਉਹਨਾਂ ਦੇ ਲਈ ਕੁਝ ਸਮਾਂ ਕੱਢੋ ਸੋ ਇੱਕ ਵਾਰ ਫੇਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ